दो महीने बाद इतने कलासे चलते हैं, इतने गोलियां चल रही ने, कोई कहता मोटर बंद कराओ, रेहड़ी वाली चल रही, कोई कहता अभी बंद नहीं होने देनी, ठीक है ना। इधर वो नहीं जानती JCB, ठीक है ना। उस वे जो पानी होंगे उदो JCB आप पंचकूले तो भरते फिरते होने, दो महीने अपने को है ने आप हूँ क्यों नहीं कर दोबारा भी मंगे लावेंगे पीछे जी पेमेंट लावेंगे मिट्टी अपने पाई के लोग यार रास्ता नहीं होता कर करके कर करके कर देख कर दे हाल होया करते ने होने तो सारे दिलदारे लग रहे छोटा मोटा सुआ लगा होता है मंजूरी दे रहे ला दो लाख रुपया पंचायत ने आप आके कहते दो लाख रुपया ला देने मान साहब कला घग्गर शाम लोग गेड़ा मारन की लोड़ नहीं सिर्फ घग्गर शाम लोग दो महीने पहला मैं इस काम से लगे हुआ ऐसी असी तुपका भी बाहर नहीं डुट देना ਦਿਹਾੜੀ ਨਹੀਂ ਹੈਗੀ ਜੀ ਕੁਛ ਵੀ ਕਿਰਾਇਆ ਦੇ ਕੇ ਆਉਂਦੇ 300 ਰੁਪਏ ਗੱਡੀ 30 ਰੁਪਏ ਗੱਡੀ ਕਿਰਾਇਆ ਦਿੰਦੇ ਆ ਜੀ ਬਾਬਾ ਮਸਤ ਥੋੜ੍ਹਾ ਸੋਸ਼ਲ ਰੈਕਟਰ ਉੱਤਰ ਨਾ ਇੱਕ ਫੋਟੋ ਲੈ ਲਓ ਸੋਸ਼ਲ ਰੈਕਟਰ ਡਿਸਟੈਂਸ ਕਰਕੇ ਹਾਂਜੀ ਬਹੁ ਜੀ ਬਾਕੀ ਤਾਂ ਸਾਡੇ ਪਿੰਡ 'ਚ ਜੀ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਆਈ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਆਈ ਥੋੜ੍ਹੀ ਬਹੁਤੀ ਜਿਹੜੀ ਆਈ ਹੈ ਜੀ ਬਾਕੀ ਕਿਸੇ ਵੱਲੋਂ ਨਹੀਂ ਆਈ ਕੋਈ गड्डी अभी तो कहने
ला रहे जी असि पांच छे दिन हो गए जिस लगे सू पच्ची तीह बंदे रोज आने कै दिन हो गए छह सात दिन हो गए जी सात दिन मतलब की 150 लेबर का तुसी वे इत्थे काम कराया तुसी काम कराया बहु जी काम कराया देखो तुसी देख ले मतलब की 150 मींस 45,000 ਦਾ ਸੰਦਲ ਕੰਮ ਹਾਂ 45 ਹਾਂ ਜੀ ਦੇਖੋ ਜੀ ਸਾਡੀ ਦਿਹਾੜੀ ਹੈ ਨਹੀਂ ਜੀ ਮਾਨ ਸਾਹਿਬ ਦੇ ਵਿੱਚ ਜੋ ਕੈਂਸਰ ਦੇ ਮਰੀਜ਼ ਨੇ ਇਹ ਕੈਂਸਰ ਛੱਡਦਾ ਹੁਣ ਜੀ ਉਸ ਤੋਂ ਬਾਅਦ ਹੁਣ ਲੋਕਾਂ ਨੂੰ ਮਾਰੂਗਾ ਆਨੇ ਐਕਸ਼ਨ ਸਾਹਿਬ ਇਹ ਜਿਹੜਾ ਤੁਸੀਂ ਪਲਾਨ ਕਰ ਰਹੇ ਹੋ ਜੀ ਤੁਸੀਂ ਇਹ ਉਹਨਾਂ ਕਿਨਾਰਿਆਂ ਤੇ ਕਰ ਰਹੇ ਹੋ ਜਿਹੜੇ ਪਿਛਲੀ ਵਾਰ ਜਦ ਉਦੋਂ ਪਹਿਲਾਂ ਟੁੱਟਦੇ ਰਹੇ ਨੇ ਨਹੀਂ ਜੀ ਨਹੀਂ ਅਸੀਂ ਪਹਿਲਾਂ ਸਾਰਾ ਚੈੱਕ ਕਰਦੇ ਹਾਂ ਜੀ ਜਿੱਥੇ ਵੀਕ ਪੁਆਇੰਟ ਲੱਭਦਾ ਜੀ ਹਾਂ ਜਿੱਥੇ ਵੀਕ ਪੁਆਇੰਟ ਉਹਦੀ ਸਟਰੈਂਥਨਿੰਗ ਕਰਦੇ ਹਾਂ ਨਹੀਂ ਹੁਣ ਜਿਹੜਾ ਇਹ 2,86,00,000 ਰੁਪਇਆ ਸੰਗਰੂਰ ਨੂੰ ਆਇਆ ਦੇਖੀ ਵੀਰੇ ਮਾੜਾ ਜਿਹਾ ਫੋਟੋ ਲੈ ਲੈਂਦੇ ਇੱਕ ਘੱਗਰ ਦੇ ਵੀ ਬਣਾ ਕੇ ਭੇਜੋ ਜੀ ਉਹ ਜੇ ਪਾਉ ਗ੍ਰੇਨ ਇਸ ਦੇ ਵਿੱਚ ਘੱਗਰ ਆਉਂਦਾ ਨਹੀਂ ਆਉਂਦਾ ਜੀ ਆਉਂਦਾ ਫਿਰ ਜੇ ਗ੍ਰੇਨ ਇਸ ਵਾਸਤੇ ਆਇਆ ਤਾਂ ਫਿਰ ਉਹ ਇਸੇ ਵਰਤੇ ਹੁੰਦਾ ਸਰ ਸਰ ਉਹਦੇ ਐਸਟੀਮੇਟ ਪ੍ਰੂਫ ਹੋ ਕੇ ਨਹੀਂ ਚਾਹੀਦੇ ਬਾਕੀ ਜਿਹੜੇ ਸਵਾਈਆਂ ਦੇ ਹੁੰਦੇ ਸਰ ਸਟਰੈਂਥਨਿੰਗ ਦੇ ਰਿਵਰ ਪ੍ਰੋਟੈਕਸ਼ਨ ਵਾਸਤੇ ਕੇਰਲਾ ਟੱਪ ਗਈ ਮੌਨਸੂਨ ਉਹ ਤਾਂ ਨਹੀਂ ਰੁਕਦੀ ਵੀ ਚਲੋ ਹਜੇ ਐਸਟੀਮੇਟ ਨਹੀਂ ਬਣਿਆ टेक्निकल तो गाइड कर रहे ਬੀਡੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਮੈਂ ਇੱਥੇ ਪਹੁੰਚਿਆ ਘੱਗਰ ਅਕਸ਼ੀ ਸਾਹਿਬ ਦੇ ਆਏ ਹੋਏ ਨੇ ਇਹ ਤਾਂ ਬਹੁਤ ਛੋਟੇ ਲੈਵਲ 'ਤੇ ਕੰਮ ਜਿਹੜਾ ਹੁਣ 2,86,00,000 ਰੁਪਇਆ ਡਰੇਨੇਜ ਦਾ ਆਇਆ ਸੰਗਰੂਰ ਜ਼ਿਲ੍ਹੇ 'ਚ ਉਹਦੇ 'ਚ ਉਹਦੇ 'ਚ ਘੱਗਰ ਦਾ ਨਹੀਂ ਹੈਗਾ ਜੀ ਨਹੀਂ ਘੱਗਰ ਨੂੰ ਫਿਰ ਡਰੇਨ 'ਚ ਨਹੀਂ ਮੰਨਦੇ ਆਪਾਂ ਫਿਰ ਐਕਸ਼ੀਨ ਡਰੇਨੇਜ ਕੰਮ ਕਿਉਂ ਕਰ ਰਿਹਾ ਇੱਥੇ ਨਹੀਂ ਇਹ ਤਾਂ ਨਹੀਂ ਫਿਰ ਜੇ ਘੱਗਰ ਤਾਂ ਹੁਣ ਏਡੀ ਸਾਹਿਬ ਮੌਨਸੂਨ ਤਾਂ ਕੇਰਲਾ ਪਹੁੰਚ ਗਈ ਜੀ ਅਤੇ ਉਹ ਤਾਂ ਨਹੀਂ ਰੁਕੂਗੀ ਕਿ ਇਹੋ ਜਿਹਾ ਐਸਟੀਮੇਟ ਨਹੀਂ ਬਣਿਆ ਅਤੇ ਮੈਂ ਰੁਕ ਜਾਂ ਥੋੜ੍ਹਾ ਚਿਰ ਨਹੀਂ ਨਹੀਂ ਫਿਰ ਐਸਟੀਮੇਟ ਹੈਂਜੀ ਨਹੀਂ ਡਰੇਨੇਜ ਵਾਲੇ ਐਕਸ਼ੀਅਨ ਕਹਿੰਦੇ ਵੀ ਸਾਡੇ ਕੋਲ ਤਾਂ ਕੋਈ ਪੈਸਾ ਨਹੀਂ ਆਇਆ ਇਸ ਤਾਂ ਨਵੀਂ ਕਸਟ ਨਹੀਂ ਉਹ ਕਿਸ ਲੈਵਲ 'ਤੇ ਭੇਜਿਆ ਹੋਇਆ ਸਰ ਉਹ ਕਿੱਥੇ ਸੈਕਟਰੀ ਲੈਵਲ 'ਤੇ ਪਿਆ ਜਾਂ ਕਿੱਥੇ ਪਿਆ ਉਹ ਸਰ ਉੱਪਰ ਭੇਜਿਆ ਹੋਇਆ ਜੀ ਸੈਕਟਰੀ ਸਾਹਿਬ ਨੂੰ ਕਹੀ ਸਰਕਾਰ ਨਹੀਂ ਦੇਣੀ ਸੈਕਟਰੀ ਅਸੀਂ ਤਾਂ ਸਰ ਚੀਫ ਸਾਹਿਬ ਥਰੂ ਭੇਜਦੇ ਹਾਂ ਜੀ ਅੱਗੇ ਸੈਕਟਰੀ ਸਾਹਿਬ ਨੂੰ ਭੇਜਦੇ ਹਾਂ ਜੀ ਕਦੋਂ ਕੁ ਭੇਜਿਆ ਸਰ ਅੱਜ ਤਾਂ ਅਪ੍ਰੈਲ ਤੋਂ ਭੇਜਿਆ ਜੀ ਅੱਛਾ ਨਹੀਂ ਫਿਰ ਮਤਲਬ ਤੁਸੀਂ ਕੀ ਬਣਾ ਕੇ ਭੇਜਿਆ ਕਿੰਨਾ ਐਸਟੀਮੇਟ ਬਣਾਇਆ ਦਾ ਰਿਪੇਅਰ ਦਾ ਜਾਂ ਸਫਾਈ ਦਾ ਜਾਂ ਹਾਂਜੀ ਇਹਦਾ ਸਰ ਇਸ ਪੋਰਸ਼ਨ ਦਾ ਇਹਦਾ 75,00,000 ਸੀਗਾ ਜੀ ਉੱਪਰ ਵਾਲੇ ਦਾ 90,00,000 ਸੀਗਾ ਜਿਹੜੀ ਚਾਂਦੂ ਸਕੀਮ ਸੀਗੀ ਉਹਦੀ 25+17 ਉਹਦਾ ਅੱਡ ਸੀਗਾ ਸਰ ਇਹ ਸਰ ਪਾ ਕੇ 2,00,00,000 ਕੁਛ 43,00,000 ਰੁਪਇਆ ਹੈਗਾ ਸਰ ਮੇਰੇ ਖਿਆਲ ਇਹ ਇਸ ਦਾ ਸਾਰਾ ਇਹਦਾ ਅਸੀਂ ਰਿਮਾਈਂਡਰ ਵੀ ਭੇਜਿਆ 2,00,00,247 ਦਾ ਤੁਸੀਂ ਕਰਕੇ ਭੇਜਤਾ ਹਾਂਜੀ ਕਿੰਨੇ ਚਿਰ ਵਿੱਚ ਵਰਤੋਂਗੇ ਫਿਰ ਉਹਨੂੰ ਜੇ ਆ ਜਾਂਦੇ ਜਦੋਂ ਆ ਕੇ ਸਰ ਨਾਲ ਦੀ ਨਾਲ ਵਰਤੋਂਗੇ ਇੱਕ 15 ਦਿਨ ਫਿਰ ਮੈਨੂੰ ਮੇਰੇ ਅਫਸਰ ਨਾਲ ਤੁਹਾਡੇ ਨੰਬਰ ਦਿਓ ਮੈਨੂੰ ਮੈਂ ਗੱਲ ਕਰਦਾ ਅਤੇ ਇਸ ਵਾਰ ਦੇਖੋ ਬੂਹੇ ਆਈ ਜਨ ਬਿਨੋ ਕੁੜੀ ਦਾ ਕੰਨ ਵਾਲਾ ਕੰਮ ਨਹੀਂ ਕਰਨਾ ਹੁਣ ਬਹੁਤ ਹੋ ਗਿਆ ਯਾਰ ਇਹ ਕਿਹੜਾ ਕੋਈ ਹਰ ਵਾਰ ਆਉਂਦਾ ਪਤਾ ਹੈ ਨਾਲੇ ਆਉਂਦਾ ਤਾਂ ਪਹਿਲੀ ਕਿਉਂ ਨਹੀਂ ਕਰਦੇ ਆਪਸ ਵਿੱਚ ਬਾਅਦ ਦੇ ਵਿੱਚ ਐਵੇਂ ਇੱਥੇ ਲੜਾਈਆਂ ਹੁੰਦੀਆਂ ਲੋਕਾਂ ਦੀਆਂ ਆਪਸ 'ਚ ਇੱਕ ਦੂਜਿਆਂ ਦੇ ਗੰਡਾਸੇ ਚੱਲਦੇ ਆ ਸਰ ਡੀ ਸਾਹਿਬ ਤੁਸੀਂ ਪਲੀਜ਼ ਇਹਦੇ ਐਕਸ਼ਨ ਲਓ ਏਡੀ ਸਾਹਿਬ ਤੁਸੀਂ ਪਤਾ ਕਰੋ ਸਰ ਇਹ ਕਿਸ ਲੈਵਲ 'ਤੇ ਪਈ ਹੈ ਜਿਹੜੀ ਐਸਟੀਮੇਟ ਦੀ ਜਿਹੜੀ ਇਹਨਾਂ ਨੇ ਬਣਾ ਕੇ ਭੇਜੀ ਹੈ ਸੂਚੀ ਹਾਂ ਹਾਂ ਨਹੀਂ ਨਹੀਂ ਇਸ ਵਾਰ ਦੇਖੋ ਇਸ ਵਾਰ ਆਪਾਂ ਇਹ ਜਿਹੜਾ ਘੱਗਰ ਦਾ ਜਿਹੜਾ ਇੱਥੇ ਲੱਗਦਾ ਲੋਕਾਂ ਦਾ ਮਾਰ ਪੈਂਦੀ ਹੈ ਇਹ ਆਪਾਂ ਪਿਛਲੀ ਵਾਰ ਚਲੋ ਲੱਕੀਲੀ ਬਚ ਗਏ ਸੀਗੇ ਪਰ ਫਿਰ ਵੀ ਅਰਦਾਸਾਂ ਕਰ ਕਰ ਵੀ 1 ਇੰਚ ਹੋਰ ਵੱਧ ਗਿਆ ਤਾਂ ਟੁੱਟ ਜਾਵਾਂਗੇ ਜਾਂ 1 ਇੰਚ ਘੱਟ ਗਿਆ ਸੋ ਇਹ ਇਸ ਵਾਰ ਨਹੀਂ ਆਪਾਂ ਹੋਣ ਦੇਣਾ ਸਰ ਬਾਅਦ ਦੇ ਵਿੱਚ ਇੱਥੇ ਤੁਸੀਂ ਵੀ ਆਉਂਦੇ ਹੋ ਲੋਕ ਇੱਥੇ ਕਾਲੀਆਂ ਝੰਡੀਆਂ ਚੱਕੀ ਖੜੇ ਹੁੰਦੇ ਆ ਲੀਡਰ ਆਉਂਦੇ ਆ ਲੋਕ ਉਹਨਾਂ ਨੂੰ ਕਹੀ ਜਾਂਦੇ ਹੁਣ ਤੁਸੀਂ ਆ ਗਏ ਸੋ ਹੁਣ ਆਪਾਂ ਪਹਿਲਾਂ ਹੀ ਕਿਉਂ ਨਹੀਂ ਕਰਦੇ ਸਰ
मैं मिलता मैं शाम मैं इतों जाके हूँ सीधा डी साहब को जाना मैं तो इमीजिएटली एक्शन लेना पे तो घंटा घंटा सही है हूँ भाई ठीक है ना ओके मैं आना जी मैं कर दाँगा गल मैं डी सी साहब ना कर दाँ गल ठीक है नहीं इन्हों इतना झले सकना बहुत हो गया यार एस्टीमेट बना के सू 25 लाख दो25 लाख रुपया इकट्ठा करा दी असने 200 रुपये किला बश पा के ही अपना मकोट साहब वाले पुल तो लेके आ मूनकली हद तक नाले बन देखो जी ਤੁਸੀਂ ਜਾ ਕੇ 75 ਹੀ ਕੰਮ ਕਰਾਇਆ ਸੀ ਇੱਕ ਵਾਰੀ ਜੀ 5 ਲੱਖ ਰੁਪਿਆ ਖਰਚਾ ਆਈ ਸਾਡਾ ਕੋਲ ਨਹੀਂ ਕੋਈ ਨਹੀਂ ਪਤਾ ਕੀ ਗੱਲ ਇਹ ਹੈ ਹੁਣ ਤਾਂ ਇਹਨਾਂ ਨੇ ਬੰਦ ਕਰਤਾ ਸਾਡਾ ਐਮਪੀ ਵਾਲਾ ਫੰਡ ਉਹ ਕਰੋਨਾ ਚ ਲੈ ਗਏ ਪਰ ਮੇਰੇ ਕੋਲ ਪੁਰਾਣਾ ਪਿਆ ਮੈਂ ਇਸੇ ਕੰਮ ਬਾਤੀ ਰੱਖਿਆ ਹੋਇਆ ਕੋਈ ਗੱਲ ਨਹੀਂ ਜੇ ਇਹਨਾਂ ਦਾ ਨਹੀਂ ਹੋਗਾ ਮੈਂ ਦੂੰਗਾ ਫਿਰ ਸਰਦੀ ਕੋ ਸਰ ਜਾਏਗਾ ਫਿਰ ਲੋੜੇ ਵੀ ਕਹੂੰਗਾ ਮੈਂ जे ना इन्हां ने करिया तां मैं करूंगा मान साहब जी सर रखा होया 15 दिन देखो किनारे ते खड़े हां तुसीं बहुत हर साल तुसी ए जिहड़ी घग्गर दी तबाही है उन्हूं मीडिया राहीं तुसी लोकां सामने लैके आउंदे दुनिया सामने लैके आउंदे मैं पिछली बार भी यही कहा सीगा पर पिछली बार इन्हां ने कीता नहीं इस वेले पार्लीमेंट चल रही सी पिछली बार तां उस करके थोड़ा जिहा उधर जाना पैणा सी तां इस बार मैं डीसी साहब नाल गल कीती है कि घग्गर ने आउणा ही आउणा है कोई इदां नहीं हैगा कि 10 सालां बाद कदे अचानक आ जाऊगा जी इहने आउणा ही आउणा है इहने चढ़ना ही चढ़ना है तो लोग आपदे तुम देख सकते हो ट्रैक्टर चलते हैं लोग आपदे जेडे खर्चे किले मगर पैसे पा के ठीक है ना तो लोग आपदे वालों का रिपेयर कर रहे हैं पर प्रशासन जोड़ा है वो एस्टीमेट बना रहा है जो कि मानसून जी केरला पहुँच गई तो मानसून जी है वो बड़ी जल्दी टाइम पर भी आ रही है तो इस बारे मौसम विभाग ने दसिया कि वो आ भी भरमी रही है सो इस करके पहले ही आप क्यों नहीं इस गल के प्रबंध करते तो एसटीमेट वगैरह इन्हों के जोड़े चल रहे हैं मैं डी साहब ने अच्छ गल करदा एक्सीडेंट ड्रेनेज ने अच्छ इतने गल की है थोड़ा बहुत नरेगा का तो काम करवा रहे हैं तो पर वो भी उस लैवल पर नहीं है कि 15 दिन बाद इतने हूँ तो ये तुम इतने ट्रैक्टर भी लिया सकते हो हूँ तो मिट्टी भी मिल जू 15 दिन बाद इतने झोना लग जू सारे आले दुआले थोड़ू जाने जगह ही नहीं बचनी जदों घग्गर चढ़ जाता दो तुम इतने ला लो भी जुलाई के पहले हफ्ते तक इतने लोगों को गंडासे लैके बंदूकों लैके अपने आपके बन्ना की राखी करनी पैनी क्यों नहीं पहला करते इंतजाम सो इस बार असी भावें मैं मेरे को एम पी लैड का पुराना फंड पे चलो नवा तो इन्होंने बंद कर रखे मैं उन्होंने इस वास्ते रिजर्व रखा हुआ कि बहुत ही कोई एमरजेंसी हुई तो उत्थे वरतेंगे तो इस इलाके के लोगों को करोना नालों घग्गर ज़्यादा खतरनाक लगता क्योंकि हा करोना तो पता नहीं आ गया चला जाऊगा पता नहीं किन्ने साल बाद कोई यह जी महामारी आँदी है ये तो हर रोज़ आ हर साल आ सो इस करके जे घग्गर वास्ते सानू एम पी लैड चो पैसे देने पे तो लोगों ने मैंने कहा कि सरकार के एस्टीमेट बोर्ड के वड्डे ने असी इन्ने च भी काम कर सकते हैं तो मैं डायरैक्ट जिहड़ा पैसा उन्होंने पंचायतों या पिंडों में पा दूँगा।
ਬਾਜੀ ਮਾੜਾ ਥੋੜਾ ਦਿਹਾੜੀ ਘੱਟੋ ਘੱਟ ਹੋਵੇ 400 ਰੁਪਏ ਹੁਣ ਕਿੰਨੀ ਦਿੰਦੇ ਨੇ 240 400 ਰੁਪਏ ਦਿਹਾੜੀ ਤੇ ਘੱਟੋ ਘੱਟ ਹੁਣ ਜਿਵੇਂ ਕਰੋਨਾ ਕਰਕੇ ਕੰਮ ਬੰਦ ਹੋ ਗਿਆ ਸਾਰਾ 50 ਦਿਨਾਂ ਦੇ ਤੁਹਾਡੇ 100 ਦਿਨ ਦਾ ਤਾਂ ਗਰੰਟੀ ਕਹਿੰਦੇ ਨੇ ਨਾ ਇਹ ਕਰਾਉਂਦੇ ਤੱਕ ਤੁਹਾਨੂੰ 100 ਦਿਨ ਤੱਕ ਕੋਈ ਨਹੀਂ ਕੀਤਾ 50 ਦਿਨ ਤੇ ਪੈਸੇ ਪਹਿਲਾਂ ਪਾ ਦੋ 5 ਦਿਨ ਚ ਕੱਟ ਲਿਓ ਤੁਹਾਡਾ ਕਾਹ ਤੋਂ ਕਾ ਗੁਜ਼ਾਰਾ ਤਾਂ ਚੱਲੇ ਨਾ ਹਾਂ ਬਈ ਅੱਗਾ ਕਿ ਸੈਂਟਰ ਦਾ ਪੈਸਾ ਨਾਲੇ ਜੀ ਕਿਸੇ ਨੇ ਸਾਨੂੰ ਸੌਦਾ ਦਿਆ ਜੀ ਜਸਵੀਰ ਸਰ ਜਸਵੀਰ ਨੇ ਦੇ ਦਿੱਤਾ ਚਲੋ ਆਪਾਂ ਹੈਲਪ ਕਰਨੀ ਹੈ ਜੀ ਇਹਦੇ ਚ ਤਾਂ ਕੋਈ ਹੋ ਨਹੀਂ ਕੋਈ ਮਾਨ ਸਾਹਿਬ ਦਾ ਅਸ਼ੀਰਵਾਦ ਹੈ ਤੁਹਾਡੇ ਨਾਲ ਨਹੀਂ ਇਹ ਕਿਹਾ ਵੀ ਨਾਲੇ ਕੱਲਾ ਇਹੀ ਕਿਉਂ ਵੀ ਨਾਲੇ ਪ੍ਰਾਈਵੇਟ ਮੰਗੋ ਦਿਆ ਕਰ ਰਹੇ ਹਾਂ ਅਸੀਂ ਇਹ ਵੀ ਲਿਖ ਕੇ ਦਿੱਤਾ ਸ਼ਾਇਦ ਇਹ ਹੋ ਜੇ ਕਿ ਝੋਨਾ ਲਾਉਣ ਵੇਲੇ ਹੁਣ ਕਿਉਂਕਿ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਬਿਹਾਰ ਤੋਂ ਯੂਪੀ ਤੋਂ ਉਹ ਚਲੇ ਗਏ ਆਪਦੇ ਘਰਾਂ ਠੀਕ ਹੈ ਨਾ ਹੁਣ ਲੇਬਰ ਦੀ ਕਮੀ ਪਊਗੀ ਤਾਂ ਮਨਰੇਗਾ ਨੂੰ ਇਹ ਇਜਾਜ਼ਤ ਦਿੱਤੀ ਜਾਵੇ ਵੀ ਉਹ ਖੇਤੀ ਦੇ ਕੰਮਾਂ 'ਚ ਵੀ ਤੁਸੀਂ ਕੰਮ ਕਰੋ ਤਾਂ ਤੁਹਾਨੂੰ ਨਾਲੇ ਤੁਹਾਨੂੰ ਦਿਹਾੜੀ ਮਿਲੂਗੀ ਨਾਲੇ ਕਿਸਾਨ ਨੂੰ ਫਾਇਦਾ ਉਹਨੂੰ ਲੇਬਰ ਦੀ ਕਮੀ ਨਹੀਂ ਆਊਗੀ ਠੀਕ ਹੈ ਨਾ ਖੇਤੀ ਦੇ ਕੰਮਾਂ 'ਚ ਕਿਉਂ ਨਹੀਂ ਲਾਓ ਕਰਦੇ ਠੀਕ ਹੈ ਨਾ ਸੋ ਤੁਸੀਂ ਝੋਨਾ ਵੀ ਲਾਓ ਤੇ ਤੁਹਾਨੂੰ ਦਿਹਾੜੀ ਮਿਲੇ ਠੀਕ ਹੈ ਨਾਲ ਇਹ ਹੈ ਕਿ ਨਾਲ ਤੁਹਾਨੂੰ 100 ਦਿਨ ਦੀ ਗਰੰਟੀ ਹੈ ਜਿਹੜੀ ਉਹਨੂੰ ਵਧਾ ਕੇ ਮੈਂ ਲਿਖਿਆ ਪ੍ਰਧਾਨ ਮੰਤਰੀ ਨੂੰ ਵੀ 200 ਦਿਨ ਦੀ ਤਾਂ ਗਰੰਟੀ ਕਰੋ ਤੇ 100 ਦਿਨ ਵੀ ਨਹੀਂ ਮਿਲਦਾ ਤੁਸੀਂ 30 ਦਿਨ ਤੋਂ ਵੱਧ ਨਹੀਂ ਕੰਮ ਕੀਤਾ ਜਿਮੀਦਾਰਾਂ ਦੇ ਖੇਤਾਂ ਚ ਉਦੋਂ ਤਾਂ ਤੁਹਾਨੂੰ ਨਰੇਗਾ ਚ ਲਾ ਲੈਣਾ ਤੁਸੀਂ ਉਦੋਂ ਲਾਓ ਜਦੋਂ ਕੰਮ ਨਹੀਂ ਹੈਗਾ ਉਦੋਂ ਨਰੇਗਾ ਕਰ ਲਓ ਨਾਲੇ ਉਧਰੋਂ ਬਣ ਜਾਣ ਨਾਲ ਕੋਈ ਨੀ ਮੈਨੂੰ ਪਤਾ ਸਾਰਾ ਬਿਨਾਂ ਕੋਈ ਸਰਕਾਰੀ ਮਦਦ ਤੋਂ ਕੋਈ ਸਰਕਾਰੀ ਨਹੀਂ ਉਹਦੇ ਨੱਕਾਂ ਟੁੱਟ ਕੇ ਫੇਰ ਆਊਗਾ ਫਿਰ ਸੈਂਸਰ ਸਾਰਾ ਹੋਊਗਾ ਜੀ ਫਿਰ ਸਾਰਾ ਸੰਗਰੂਰ ਇੱਥੇ ਗਿਰ ਜੂਗਾ ਇੱਧਰ ਆ ਜਾਓ ਬਈ ਯਾਰ ਸਾਡੇ ਏਰੀਆ 'ਚ ਦੱਸਣਾ ਮੇਰੇ ਕੋਈ ਨੀ ਫਿਰ ਅੱਗੇ ਜਾ ਕੇ ਦੱਸ ਦੇਣਾ ਇੱਧਰ ਆ ਜਾਓ ਜੀ ਇੱਧਰ ਮੋੜਿਆ ਮੈਂ ਉੜਿਆ ਹੋਊਗਾ ਖੜ ਜਾਓ ਸਾਡੇ ਕੋਲ ਪੈਸੇ ਆਪਾਂ ਆਏ ਹੁਣ ਮੈਂ ਆਉਣਾ ਜਦੋਂ ਪਰਸੋਂ ਤੋਂ ਫੇਰ ਆਉਂ ਇੱਥੇ ਕੰਮ ਚੱਲਦਾ ਹੋਣਾ ਚਾਹੀਦਾ ਨਾ ਵੀ ਹੋਇਆ ਮੈਂ ਕੱਲ ਨੂੰ ਪੈਸੇ ਜਾਰੀ ਕਰ ਦੂੰਗਾ ਠੀਕ ਹੈ ਬਾਅਦ 'ਚ ਦੇਖ ਲਾਂਗੇ ਕਿਹੜੀ ਕਮੇਟੀ ਨੂੰ ਕਿੱਥੇ ਜਾਣਗੇ ਉਹ ਠੀਕ ਹੈ ਨਾ ਮੈਂ ਡਰੇਨੇਜ ਵਿਭਾਗ ਨੂੰ ਪੈਸੇ ਜਾਰੀ ਕਰ ਦੂੰਗਾ
ਕਣਕਾਂ ਕੀ ਜੀ ਪਿੰਡ ਬਹੁਤ ਹੋ ਜਾਣਾ ਅਮਨ।